इट्स योर बॉडी हॉली बाबा। दोस्तों जिवें आपां जानदे आ कि पिंड भिंडरकलां जिला मोगा दी बहुत ही प्यारी ते मासूम जिही बच्ची नूर जो कि अजकल पूरी तरह सोशल मीडिया ते छाई होई है ते लोकां नूं खूब हसा रही है अपनियां फनी वीडियोज़ नाल। उस विच टैलेंट बहुत ज्यादा पर उसके घर के आर्थिक हालात बहुते चंगे नहीं सी। इसे कारण दोस्तों उन्हां दी मदद करन लई बाबा जसदीप सिंह जी जगादरी वाले उन्हां दे घर पहुंचे सी ते उन्हां ने वादा कीता सी कि असीं तुहाडा नवां घर बनवा के देवांगे, जिस कारण पिछले कुछ दिनों तो उन्होंने घर का काम शुरू हो गया सी ते ढाह ढवाई का काम चल रहा सी। एक बार फिर अज बाबा जी उन्होंने घर पहुंचे ते उन्होंने पूरे काम का जायजा लिया ते नाल दी नाल उन्होंने लाइव होकर स्रोतियां नाल गलबात भी की ते उन्होंने जो नूर का नवा घर बन रहा उसका जो पूरा नक्शा भी स्रोतियां नूं दस्या कि किस तरह नूर का नवा घर होगा ते होर भी कई उन्होंने ऐलान किए। सो आओ सब तो पहला आप बाबा जी की यह लाइव वीडियो देख लें। ਜਿਵੇਂ ਤਾਪਨ ਦਾ ਕੰਮ ਚੱਲ ਰਿਹਾ ਸੀ ਜੀ ਤੇ ਉਹ ਦੇਖਣ ਆਏ ਹਾਂ ਅਸੀਂ ਜੀ ਜੀ ਵੀ ਕਿੱਥੇ ਤੱਕ ਕੰਮ ਪਹੁੰਚਿਆ। ਹਾਂਜੀ ਇਸ ਤੋਂ ਬਾਅਦ ਇੱਕ ਵਾਰ ਇਸ ਪਲੋਟ ਨੂੰ ਬਿਲਕੁਲ ਰੜਾ ਮੈਦਾਨ ਬਣਾ ਕੇ ਸਾਫ਼ ਕਰਕੇ ਜੋ ਨਕਸ਼ਾ ਆਰਚੀਟੈਕਟ ਨੇ ਮੁਹੱਈਆ ਕਰਾਇਆ ਜਗ੍ਹਾ ਦੇ ਅਕੋਰਡਿੰਗ ਜੀ ਅਤੇ ਉਹਦੇ ਹਿਸਾਬ ਨਾਲ ਨੀਹਾਂ ਪੱਟਣ ਹੋਣਗੀਆਂ। ਹਾਂਜੀ ਅਤੇ ਫਿਰ ਸਾਨੂੰ ਲੱਗਦਾ ਵੀ ਤਿੰਨ ਕੁ ਚਾਰ ਦਿਨ ਤੱਕ ਅਸੀਂ ਇੱਥੇ ਨੀਂਹ ਪੱਥਰ ਰੱਖ ਦੇਵਾਂਗੇ ਜੀ ਜੀ। ਅਤੇ ਇਹੀ ਹੈ ਕਿ ਵੀ ਜਲਦ ਤੋਂ ਜਲਦ ਸਾਡੀ ਇੱਛਾ ਹੈ ਕਿ ਅਸੀਂ ਇਸ ਜ਼ਿੰਮੇਦਾਰੀ ਨੂੰ ਮੁਕੰਮਲ ਕਰੀਏ ਜੀ। ਗੁਰੂ ਸਾਹਿਬ ਕਿਰਪਾ ਕਰਨੇ, ਗੁਰੂ ਸਾਹਿਬ ਦੇ ਹੀ ਕੋਈ ਕਿਰਪਾ ਜਿਹੜੀ ਹੈ ਇਸ ਪਰਿਵਾਰ 'ਤੇ ਵਰਤੀ ਹੈ, ਨਹੀਂ ਤਾਂ ਅੱਜ ਦੇ ਸਮੇਂ ਦੇ ਵਿੱਚ ਬੜਾ ਔਖਾ ਹੈ। ਤੁਹਾਨੂੰ ਪਤਾ ਜਿੱਦਾਂ ਦਾ ਮਾਹੌਲ ਚੱਲ ਰਿਹਾ ਜੀ, ਪਰ ਮੈਂ ਅਰਦਾਸ ਕਰਦਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਿ ਮਹਾਰਾਜ ਇਸ ਪਰਿਵਾਰ ਨੂੰ ਗੁਰਸਿੱਖੀ ਨਾਲ ਜੋੜਨ, ਗੁਰਬਾਣੀ ਨਾਲ ਜੋੜਨ ਔਰ ਪਰਿਵਾਰ ਜਿਹੜਾ ਹੈ ਆਮ ਇੱਕ ਨੋਰਮਲ ਜਿਵੇਂ ਗ੍ਰਸਤੀ ਇਨਸਾਨ ਹੁੰਦੇ ਨੇ ਜੀ, ਗ੍ਰਸਤੀ ਪਰਿਵਾਰ ਹੁੰਦੇ ਨੇ ਉਹਦੇ ਮੁਤਾਬਕ ਗੁਰੂ ਘਰ ਨਾਲ ਜੁੜ ਕੇ ਆਪਣੀ ਜ਼ਿੰਦਗੀ ਬਤੀਤ ਕਰਨ। ਅਤੇ ਮੈਨੂੰ ਲੱਗਦਾ ਕਿ ਵੀ ਤਿੰਨ ਚਾਰ ਦਿਨ ਦੇ ਵਿੱਚ ਅਸੀਂ ਇਸ ਘਰ ਦਾ ਨੀਂਹ ਪੱਥਰ ਜਿਹੜਾ ਹੈ ਉਹ ਰੱਖਣ ਦੀ ਸਿਚੁਏਸ਼ਨ ਬਣ ਜਾਵੇ ਜੀ। ਬਾਬਾ ਜੀ ਇਸ ਘਰ ਦੇ ਜਿਹੜਾ ਅੰਦਰ ਹੈ ਜੀ ਕੀ ਕਿਸ ਤਰ੍ਹਾਂ ਕਿੰਨੇ ਬੈਡਰੂਮ ਬਣਾ ਰਹੇ ਹੋ ਉਸ ਬਾਰੇ? ਅਜੇ ਜਿਵੇਂ ਇਹਨਾਂ ਕੋਲ ਜਗ੍ਹਾ ਹੈ ਜੀ, ਨੀਚੇ ਇੱਕ ਬੈਡਰੂਮ ਹੈ, ਇੱਕ ਡਰਾਇੰਗ ਰੂਮ ਹੈ, ਕਿਚਨ ਹੈ, ਲੈਟਰਿਨ ਬਾਥਰੂਮ ਹੈ, ਨੀਚੇ ਪੌੜੀਆਂ ਦਾ ਪੋਰਚ ਹੈ। ਹਾਂਜੀ ਫਿਰ ਪਹਿਲਾਂ ਅਸੀਂ ਨਿਚਲਾ ਸਟੈਪ ਪੂਰਾ ਕਰਕੇ ਜੀ ਅਤੇ ਉਸ ਤੋਂ ਬਾਅਦ ਫਿਰ ਅਸੀਂ ਇੱਕ ਜਿਹੜਾ ਰੂਮ ਹੈ ਔਰ ਇੱਕ ਉੱਪਰ ਮੋਮਟੀ ਜਿਹੜੀ ਹੈ ਉਹ ਉੱਤੇ ਫਿਰ ਅਗਲਾ ਕੰਮ, ਪਹਿਲੇ ਨਿਚਲੇ ਪੋਰਸ਼ਨ ਪੂਰਾ ਕਰਾਂਗੇ ਜੀ, ਉਸ ਤੋਂ ਬਾਅਦ ਅੱਗੇ ਫਿਰ ਜਿਵੇਂ ਗੁਰੂ ਸਾਹਿਬ ਕਿਰਪਾ ਕਰਨ ਜਿਵੇਂ ਵਧਾਈ ਜਾਵਾਂਗੇ ਜੀ ਜੀ। ਅਤੇ ਮੈਂ ਧੰਨਵਾਦੀ ਹਾਂ ਉਹਨਾਂ ਸੰਗਤਾਂ ਦਾ ਜਿਹੜਾ ਬੜਾ ਪ੍ਰੋਤਸਾਹਨ ਦੇ ਰਹੇ ਨੇ, ਸਾਡੀ ਇਹ ਪਹਿਲੀ ਸੇਵਾ ਹੈ ਪੰਜਾਬ ਦੇ ਵਿੱਚ ਜੀ। ਮੈਂ ਇਹੀ ਬੇਨਤੀ ਕਰਾਂਗਾ ਸਮੂਹ ਪੰਜਾਬੀਆਂ ਨੂੰ, ਸਮੂਹ ਸੰਗਤ ਨੂੰ ਕਿ ਜਿਹੜਾ ਸਹਿਜ ਸੁਭਾਅ ਹੀ ਹੈ ਨਾ ਜੀ, ਇੱਕਦਮ ਜਿਹੜਾ ਅਤੇ ਕੋਈ ਵੀ ਕਾਰਜ ਹੈ ਨਹੀਂ ਹੁੰਦਾ ਵੀ ਇਹ ਨਹੀਂ ਵੀ ਇੱਥੋਂ ਚੁੱਕਿਆ ਅਤੇ ਇੱਥੇ ਰੱਖਤਾ। ਘੱਟੋ ਘੱਟ 4-6 ਮਹੀਨੇ ਮੰਨ ਕੇ ਚੱਲੋ ਇਸ ਸੇਵਾ ਨੂੰ ਲੱਗਣਗੇ ਮੁਕੰਮਲ ਹੁੰਦਿਆਂ, ਅਤੇ ਉਸ ਤੋਂ ਬਾਅਦ ਜਿਵੇਂ ਗੁਰੂ ਸਾਹਿਬ ਕਿਰਪਾ ਕਰਨਗੇ ਭਵਿੱਖ ਵਿੱਚ ਕੀ ਪਲੈਨਿੰਗ ਬਣਦੀ ਹੈ ਅਤੇ ਇਹ ਸੇਵਾਵਾਂ ਅੱਗੇ ਵਾਸਤੇ ਵਿਚਾਰ। ਬਾਬਾ ਜੀ ਇੱਕ ਗੱਲ ਹੋਰ ਜੀ, ਜਿਹੜਾ ਜਿਸ ਤਰ੍ਹਾਂ ਨੂਰ ਇਹ ਟੀਮ ਆ ਜੀ ਪਿੰਡਾਂ ਵਾਲੀ, ਇਹ ਜਿਹੜੇ ਨਾਲ ਦੀ ਟੀਮ ਦੇ ਮੈਂਬਰ ਨੇ ਉਹਨਾਂ ਬਾਰੇ ਵੀ ਕੁਛ ਹੈ ਤੁਹਾਡਾ ਮਨ ਦੇ ਵਿੱਚ? ਬਿਲਕੁਲ ਜੀ ਬਿਲਕੁਲ, ਪਹਿਲਾਂ ਅਸੀਂ ਸੇਵਾ ਨੂੰ ਮੁਕੰਮਲ ਕਰਾਂਗੇ ਜੀ, ਕਿਵੇਂ ਸਾਨੂੰ ਸੰਗਤ ਦਾ ਸਹਿਯੋਗ ਮਿਲਦਾ ਹੈ ਜੀ ਜੀ, ਕਿਵੇਂ ਸਾਨੂੰ ਸੰਗਤ ਵੱਲੋਂ ਉਤਸ਼ਾਹ ਹੁੰਦਾ ਜੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਹੜੇ ਇਹ ਕਾਰਜ ਨੇ ਇਹ ਸੰਗਤ ਦੇ ਸਹਿਯੋਗ ਨਾਲ ਹੀ ਅਸੀਂ ਸ਼ੁਰੂ ਤੋਂ ਕਰਦੇ ਆ ਰਹੇ। ਬਿਲਕੁਲ ਜੀ, ਅਤੇ ਇਹ ਹੁਣ ਅੱਗੇ ਗੁਰੂ ਸਾਹਿਬ ਜਿਵੇਂ ਹੁਕਮ ਕਰਨਗੇ ਜਿਵੇਂ ਕਿਰਪਾ ਹੋਏਗੀ ਜੀ, ਇੱਛਾ ਹੈ ਕਿ ਅਸੀਂ ਸਾਰੀ ਜਿਹੜੀ ਟੀਮ ਹੈ ਉਹਨਾਂ ਦਾ ਕੁਛ ਨਾ ਕੁਛ ਜ਼ਰੂਰ ਲਾਭ ਕਰੀਏ, ਕੁਛ ਨਾ ਕੁਛ ਉਹਦੇ ਬਾਰੇ ਵਿਚਾਰ ਕਰੀਏ, ਪਰ ਇਸ ਨਾਲ ਸੰਗਤ ਦੇ ਸਹਿਯੋਗ 'ਤੇ ਡਿਪੈਂਡ ਕਰਦਾ ਜੀ। ਅੱਜ ਸਾਡੇ ਨਾਲ ਸਰਦਾਰ ਤਰਲੋਚਨ ਸਿੰਘ ਜੀ ਜੋ ਕਿ ਅਮੈਰੀਕਾ ਤੋਂ ਨੇ ਜੀ, ਅਤੇ ਮੈਂ ਬੜੀ ਖੁਸ਼ੀ ਜ਼ਾਹਿਰ ਕਰਦਾ ਇਹ ਸਾਡੇ ਨਾਲ ਅੱਜ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ, ਸਾਡੇ ਸੰਸਥਾ ਜਿਹੜੀ ਹੈ ਉਹਦਾ ਮੁੱਖ ਅੰਗ ਨੇ ਔਰ ਸਰਦਾਰ ਹਰਦੇਵ ਸਿੰਘ ਜੀ ਇੱਧਰ ਸਾਡੇ ਨਾਲ ਖੜ੍ਹੇ ਨੇ ਜੀ, ਸਾਡੇ ਸਾਹਮਣੇ ਰਾਜਪੁਰਾ ਪਿੰਡ ਹੈ ਉੱਥੋਂ ਦੇ ਸਰਪੰਚ ਨੇ, ਅਤੇ ਨਾਲ ਜਗਰਾਉਣ ਤੋਂ ਭਾਅ ਜੀ ਜਿਹੜੇ ਨੇ ਇਹ ਵੀ ਨਾਲ ਪਹੁੰਚੇ ਨੇ ਜੀ। ਮੈਂ ਤਰਲੋਚਨ ਸਿੰਘ ਜੀ ਨੂੰ ਵੀ ਬੇਨਤੀ ਕਰਾਂਗਾ ਕਿਉਂਕਿ ਇਹ ਉੱਥੇ ਨਿਊਯਾਰਕ ਦੇ ਵਿੱਚ ਚੀਫ ਇਲੈਕਸ਼ਨ ਕਮਿਸ਼ਨਰ ਨੇ
गुरद्वारा साहब है उत्थे आप सारी डिटेल दसणगे। तो बड़ा उत्साह सी इन्हां दे मन विच भी अज इत्थे आके कि अपनी हाजरी लाई जावे। मैं इन्हां नूं बेनती करदा अपने विचार रखो। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਤਰਫੋਂ ਮੈਂ ਤਾਂ ਅੱਜ ਮੇਰੀ ਉਮਰ 70 ਸਾਲ ਤਕਰੀਬਨ ਹੋ ਗਈ ਹੈ, ਬੜੀਆਂ ਸੰਸਥਾ 'ਚ ਗਏ ਹਾਂ, ਬੜਾ ਕੁਛ ਦੇਖਿਆ, ਪਰ ਜਿਹੜਾ ਕਾਰਜ ਇੱਕ ਬਾਬਾ ਜੀ ਨੇ ਸ਼ੁਰੂ ਕੀਤਾ ਹੈ, ਇਹ ਕਾਰਜ ਮੈਂ ਪਹਿਲਾਂ ਵੀ ਇੱਕ ਜਗ੍ਹਾ ਗਿਆ, ਇੱਕ ਦੋ ਜਗ੍ਹਾ ਜਿਹੜੀਆਂ ਜਗ੍ਹਾ ਬਣਾ ਰਹੇ ਨੇ, ਗੁਰੂ ਕਿਰਪਾ ਨਿਵਾਸ ਦੀ ਤਰਫੋਂ ਲੋਕਾਂ ਨੂੰ ਘਰ ਬਣਾ ਕੇ ਦੇ ਰਹੇ ਨੇ। ਉਹ ਉਪਰਾਲਾ ਦੇਖ ਕੇ ਇੱਕ ਦਿਲ ਨੂੰ ਬਹੁਤ ਖੁਸ਼ੀ ਹੋਈ ਅਤੇ ਅਸੀਂ ਵੀ ਇਹਨਾਂ ਨਾਲ ਜੁੜ ਗਏ, ਕਿਉਂਕਿ ਹਰ ਕੰਮ, ਹਰ ਜਿਤਨੀ ਵੀ ਅੱਜ ਤੱਕ ਸੰਸਥਾ ਹੈ, ਉਹ ਤਕਰੀਬਨ ਆਪਣੇ ਵਾਸਤੇ ਜ਼ਮੀਨ ਖਰੀਦ ਲਈ ਜਾਂ ਕੋਈ ਹੋਰ ਕਰ ਲਿਆ, ਪਰ ਇਸ ਪਾਸੇ ਕਿਸੇ ਦਾ ਧਿਆਨ ਨਹੀਂ ਗਿਆ ਕਿ ਇੱਕ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਪਰਿਵਾਰ ਹੈ ਉਹ ਆਪਣਾ ਕਿੱਸਾ ਗੁਜ਼ਾਰਾ ਕਰਦੇ ਨੇ, ਅਤੇ ਉਹਨਾਂ ਨਾਲ ਬਾਬਾ ਜੀ ਦਾ ਖਿਆਲ ਗਿਆ ਅਤੇ ਇਹਨਾਂ ਨੇ ਇਹ ਕਾਰਜ ਸ਼ੁਰੂ ਕੀਤਾ। ਅਸੀਂ ਵੀ ਇਹਨਾਂ ਨਾਲ ਖਿੱਚੇ ਆਏ, ਅੱਜ ਤੋਂ ਜਦੋਂ ਮੈਂ ਇੱਥੇ ਆਇਆ ਇੰਡੀਆ, ਅਸੀਂ ਇਹਨਾਂ ਨਾਲ ਮੁੰਡਾ ਮੁੰਡਾ ਲਾ ਕੇ ਚੱਲ ਰਹੇ ਹਾਂ। ਅਤੇ ਅਸੀਂ ਇਹੀ ਬਾਬਾ ਜੀ ਨੂੰ ਬੇਨਤੀ ਕਰਾਂਗੇ ਵੀ ਜਿੰਨੀ ਵੀ ਇੱਥੇ ਅਸੀਂ ਬਾਹਰ ਦੇਖਦੇ ਹਾਂ, ਪੰਜਾਬ ਦੇ ਵਿੱਚ ਬਹੁਤ ਕੁਛ ਅਸੀਂ ਸਾਨੂੰ ਕਰਨਾ ਪੈਣਾ ਹੈ ਅਤੇ ਅਸੀਂ ਉਹ ਕਰਨਾ ਚਾਹੁੰਦੇ ਹਾਂ, ਕਿਉਂਕਿ ਜਦੋਂ ਤੱਕ ਸਾਡੇ ਨਾਲ NRI ਵੀਰ ਨਾ ਮਿਲਣਗੇ, ਇੱਥੇ ਦੀ ਸੰਗਤ ਨਾ ਮਿਲੇਗੀ, ਅਤੇ ਬਾਬਾ ਜੀ ਨੂੰ ਵੀ ਉਤਸ਼ਾਹ ਤਾਂ ਹੀ ਮਿਲੇਗਾ ਜੇ ਅਸੀਂ ਸਾਰੇ ਇੱਕ ਰਲ ਮਿਲ ਕੇ ਹੱਲਾ ਮਾਰੀਏ। ਅਤੇ ਜਿੰਨੇ ਵੀ ਪਰਿਵਾਰ ਨੇ, ਉਹ ਚਾਹੇ ਕਿਸੇ ਵੀ ਕਮਿਊਨਿਟੀ 'ਚ ਨੇ, ਚਾਹੇ ਉਹ ਸਿੱਖ ਨੇ, ਚਾਹੇ ਉਹ ਹੋਰ ਨੇ, ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਅਤੇ ਹਰ ਹਿੱਲੇ ਮੈਂ ਇਹ ਸਾਰੀ ਸਭ ਨੂੰ ਬੇਨਤੀ ਕਰਾਂਗੇ ਕਿ ਬਾਬਾ ਜੀ ਦਾ ਸਾਥ ਦਿਓ ਅਤੇ ਮਿਲ ਜੁਲ ਕੇ ਇਹ ਸਾਰੇ ਕੰਮ ਨੂੰ ਸਿਰੇ ਚਾੜੀਏ। ਜਿੰਨੀ ਵੀ ਸਾਡੇ ਕੋਲ ਸੇਵਾ ਹੋ ਸਕੇ ਅਸੀਂ ਵੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਲੋਕਾਂ ਦਾ ਕਿੰਨਾ ਕੁ ਉਤਸ਼ਾਹ ਜਿਹੜਾ ਤੁਹਾਨੂੰ ਮਿਲ ਰਿਹਾ? ਸਾਨੂੰ ਨਾ ਜੀ ਉਤਸ਼ਾਹ ਦੇ ਤੌਰ 'ਤੇ ਦੇਖੀਏ ਤਾਂ ਬਹੁਤ ਮੈਸੇਜ ਆ ਰਹੇ ਨੇ, ਪੁਲਿਸ ਵੀ ਆ ਰਹੇ ਨੇ ਕਿ ਵੀ ਸਾਨੂੰ ਬੜੀ ਖੁਸ਼ੀ ਇਸ ਗੱਲ ਦੀ ਕਿ ਤੁਸੀਂ ਅੱਗੇ ਵਧੇ ਹੋ ਕੋਈ ਇੱਕ ਡਿਫਰੈਂਟ ਕੰਸੈਪਟ ਲੈ ਕੇ। ਅਤੇ ਬਹੁਤ ਸੰਗਤ ਵੱਲੋਂ ਉਮੀਦਾਂ ਵੀ ਨੇ, ਲੋੜਵੰਦ ਪਰਿਵਾਰਾਂ ਦੇ ਫੋਨ ਵੀ ਆ ਰਹੇ ਨੇ, ਅਤੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹ ਜਿਹੜੇ ਕਾਰਜ ਨੇ ਇਹ ਇੱਕ ਬਹੁਤ ਵੱਡੀ ਸੇਵਾ, ਇਹਨੂੰ ਆਪਾਂ ਇਹ ਸਮਝੀਏ ਕਿ ਰਾਸ਼ਨ ਕਿਸੇ ਨੂੰ ਦੇਣਾ ਹੈ, ਆਪਾਂ 1,000, 2,000, 5,000 ਦਾ ਰਾਸ਼ਨ ਕਿਸੇ ਨੂੰ ਦੇਣਾ, ਉਹ ਇੱਕ ਮੁਸ਼ਤ 2 ਮਿੰਟ ਲੱਗਦੇ ਨੇ ਫੜਾਉਂਦਿਆਂ, ਉਹ ਗੱਲ ਖਤਮ ਹੋ ਜਾਂਦੀ ਹੈ ਨਾ ਜੀ। ਲੇਕਿਨ ਜਿਹੜੀ ਇਹ ਸੇਵਾ ਹੈ ਇਹਨੂੰ ਟਾਈਮ ਲੱਗਦਾ, ਘੱਟੋ ਘੱਟ ਜਿਵੇਂ ਇਸ ਘਰ ਨੂੰ ਹੀ 4-6 ਮਹੀਨੇ, ਮਾਮੂਲੀ ਗੱਲ ਹੈ, 6 ਮਹੀਨੇ ਲੱਗ ਜਾਣੇ ਨੇ, ਅਤੇ ਇਸ ਤੋਂ ਬਾਅਦ ਹੀ ਇੱਕ ਇੱਕ ਕਰਕੇ ਅੱਗੇ ਵਧਿਆ ਜਾਏਗਾ ਨਾ ਜੀ। ਅਤੇ ਸੰਸਥਾ ਦਾ ਜਿੰਨਾ ਕੁ ਦਾਇਰਾ ਹੈ, ਸੰਸਥਾ ਉਤਨਾ ਹੀ ਮਤਲਬ ਕਹਿੰਦੇ ਨੇ ਕਿ ਵੀ ਜਿੰਨੀ ਚਾਦਰ ਉਹਨੇ ਪੈਰ ਪਸਾਰਨੇ ਚਾਹੀਦੇ ਨੇ। ਤਾਂ ਜਿੱਥੇ ਲੋੜਵੰਦ ਪਰਿਵਾਰਾਂ ਦੇ ਫੋਨ ਆ ਰਹੇ ਨੇ ਉੱਥੇ ਸੰਗਤ ਜਿਹੜੀ ਹੈ ਉਤਸ਼ਾਹ ਦੇਣ ਵਾਲੇ ਵੀ ਲੋਕ ਮੈਸੇਜ ਦੇ ਰਾਹੀਂ ਉਤਸ਼ਾਹ ਵੀ ਦੇ ਰਹੇ ਨੇ। ਮੈਂ ਸਮੁੱਚੀ ਜਿਹੜੀ ਸੰਗਤ ਹੈ, ਚਾਹੇ ਉਹ ਪੰਜਾਬ ਦੀ ਹੈ, ਪੂਰੇ ਮੁਲਕ ਦੀ ਹੈ, ਜਿੱਥੇ ਜਿੱਥੇ ਕੋਈ ਦੇਖ ਰਿਹਾ, ਚਾਹੇ ਵਿਦੇਸ਼ਾਂ 'ਚ ਨੇ, ਮੈਂ ਬੇਨਤੀ ਕਰਦਾ ਕਿ ਆਪਾਂ ਇਹੋ ਜਿਹੀ ਸੇਵਾ ਨੂੰ, ਕੰਸੈਪਟ ਨੂੰ ਅੱਗੇ ਲੈ ਕੇ ਵਧੇ ਹਾਂ। ਅਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਦਰਕਾਰ ਹੈ। ਗੁਰੂ ਸਾਹਿਬ ਕਿਰਪਾ ਕਰਨ, ਕਰਨ ਕਰਾਵਣ ਆਪੇ ਆਪ, ਉਹਦੇ ਹੁਕਮ ਨਾਲ ਹੀ ਸਾਰਾ ਕੁਝ ਚੱਲਣਾ। ਦੇਖੋ ਜੀ, ਉਤਸ਼ਾਹ ਦੀ ਜਿਹੜੀ ਇਹ ਗੱਲ ਹੈ, ਸੰਗਤਾਂ ਦੇ ਮੈਸੇਜ ਦੇ ਰਾਹੀਂ, ਫੋਨ 'ਤੇ ਕਾਲਸ ਦੇ ਰਾਹੀਂ ਬੜਾ ਉਤਸ਼ਾਹ ਵਰਲਡਵਾਈਡ ਸੰਗਤ ਦੇ ਰਹੀ ਹੈ, ਅਤੇ ਉਹਦੇ ਨਾਲ ਨਾਲ ਜਿਹੜੇ ਲੋੜਵੰਦ ਪਰਿਵਾਰ ਨੇ ਉਹ ਵੀ ਫੋਨ ਕਰ ਰਹੇ ਨੇ, ਉਹਨਾਂ ਨੂੰ ਵੀ ਇੱਕ ਉਮੀਦ ਵੱਜੀ ਹੈ। ਪਰ ਮੈਂ ਬੇਨਤੀ ਕਰਾਂ ਕਿ ਇਨਸਾਨ ਚਾਹੇ ਪਰਸਨਲੀ ਕੋਈ ਸੇਵਾ ਕਰ ਰਿਹਾ, ਚਾਹੇ ਕੋਈ ਸੰਸਥਾ ਹੈ, ਹਰੇਕ ਦੀ ਇੱਕ ਦਾਇਰਾ ਹੁੰਦਾ, ਇੱਕ ਲਿਮਿਟ ਹੁੰਦੀ ਹੈ, ਇੱਕ ਫੰਡ ਦਾ ਵੀ ਇੱਕ ਜਿਹੜਾ ਹੈ ਉਹ ਇੱਕ ਲਿਮਿਟ ਹੁੰਦੀ ਹੈ। ਜਿੰਨੀ ਕੁ ਚਾਦਰ ਹੈ ਇਨਸਾਨ ਕਹਿੰਦਾ ਉਨੇ ਕੁ ਪੈਰ ਪਸਾਰਨੇ ਚਾਹੀਦੇ ਨੇ। ਤਾਂ ਇਹ ਜਿਹੜੀਆਂ ਸੇਵਾਵਾਂ ਨੇ ਇਹਨਾਂ ਨੂੰ ਸਮਾਂ ਲੱਗਦਾ ਹੈ ਨਾ ਜੀ। ਜਿਵੇਂ ਘਰ ਹੈ ਨੂਰ ਦਾ, ਬੱਚੀ ਦਾ, ਇਹਨੂੰ ਘੱਟੋ ਘੱਟ ਆਪਾਂ ਇਹ ਮੰਨ ਕੇ ਚੱਲੀਏ ਵੀ 6 ਮਹੀਨੇ ਇਸ ਘਰ ਨੂੰ ਕੰਪਲੀਟ ਇਹਦਾ ਉਦਘਾਟਨ ਕਰਨ ਤੱਕ ਲੱਗ ਜਾਣੇ, ਉਸ ਤੋਂ ਬਾਅਦ ਹੀ ਆਪਾਂ ਦੂਸਰੇ ਪਰਿਵਾਰ ਬਾਰੇ ਸੋਚ ਸਕਦੇ ਹਾਂ।
हरियाणे ऑलरेडी जिहड़ा है पांच छे परिवारां दे जिहड़े ने प्रोजेक्ट जिहड़े ओह करां दे ने ओह रनिंग दे विच ने ते उहदे विचों असीं समां कढ के अज इधर पहल कीती है। मैं उम्मीद करदा समुचे सिख जगत तों कि जे कोई डिफरेंट कॉन्सैप्ट लैके अगे वधिया ते तुसीं जिहड़ा है पॉजिटिव वे दे नाल सहयोग करो साथ दिओ तां जो असीं ज़्यादा तो ज़्यादा लोड़वंद परिवारां दी सेवा इस रूप दे विच भी कर सकीए। यही बेनती दोस्तों, जिवें तुसीं बाबा जी दा इह लाइव वीडियो देखिया जिस विच उन्होंने पूरे विस्तार विच दस्सिया कि किन्ने दिनां विच घर दा जो उसारी दा काम शुरू हो जाऊगा ते घर विच किन्ने कमरे होणगे, पूरा नक्शा भी उन्होंने स्रोतियां नूं दस्सिया। सो दोस्तों, मैनूं उम्मीद है कि तुहानूं इह वीडियो पसंद आया होगा। जेकर वीडियो वधिया लग्गिया तां वीडियो नूं लाइक जरूर करो ते नाल दी नाल इस वीडियो बारे तुहाडी की राय है कमेंटां विच जरूर दस्सो। इस वीडियो नूं अपने सारे दोस्त मित्रां नाल जरूर शेयर कर दिओ। होर ताज़ा अपडेट्स लई अपने चैनल नूं जरूर सबसक्राइब कर लो ते नाल आ रहे बैल दे बटन ते क्लिक कर दिओ तां जो अपनी हर एक वीडियो तुहाडे तक सब तों पहलां पहुंच सके। सो जी, इन्ने शब्दां नाल लैणे आ जी, मिलदे आ किसे होर वीडियो नाल। सत श्री अकाल जी।